ਚੰਡੀਗੜ੍ਹ ਤੋਂ ਥੋੜ੍ਹੀ ਦੂਰ ਕਸਬਾ ਨਦਾਮਪੁਰ ਤੋਂ ਕੁਲਬੁਰਛਾ ਸਮਾਣਾ ਰੋਡ 'ਤੇ ਸ਼ਰਾਬ ਦੇ ਠੇਕੇ ਦੇ ਵਿੱਚ ਦੇਰ ਰਾਤ ਦੋ ਸਕੂਟੀ ਸਵਾਰ ਵਿਅਕਤੀਆਂ ਨੇ ਸ਼ਰਾਬ ਦੇ ਕਰਿੰਦੇ ਨੂੰ ਕੁੱਟ ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਜ਼ਖਮੀ ਹਾਲਤ ਵਿੱਚ ਉਸਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸਨੂੰ PGI ਚੰਡੀਗੜ੍ਹ ਭੇਜਿਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਘਟਨਾ ਕੱਲ੍ਹ ਦੇਰ ਰਾਤ ਦੀ ਦੱਸੀ ਜਾਂਦੀ ਹੈ, ਜਿੱਥੇ ਕਿ ਦੋ ਸਕੂਟੀ ਸਵਾਰ ਵਿਅਕਤੀ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਲੈਣ ਲਈ ਆਏ। ਉਹਨਾਂ ਕਰਿੰਦੇ ਨੂੰ ਆਖਿਆ ਹੈ ਕਿ ਉਹਨਾਂ ਨੂੰ 500 ਰੁਪਏ ਦੀਆਂ 5 ਬੋਤਲੀਆਂ ਦੇ ਦੇਣ। ਸ਼ਰਾਬ ਦੇ ਕਰਿੰਦੇ ਨੇ ਆਖਿਆ ਹੈ ਕਿ 240 ਰੁਪਏ ਦੀ ਇੱਕ ਬੋਤਲ ਬਣਦੀ ਹੈ, ਉਹ ਨਹੀਂ ਦੇ ਸਕਦਾ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਪਹਿਲਾਂ ਉਹਨਾਂ ਦੇ ਨਾਲ ਵਾਲੇ ਉਸਦੇ ਗੁਆਂਢੀ ਦੁਕਾਨਦਾਰ ਦੀ ਮਾਰਕੁੱਟ ਕੀਤੀ, ਜਿਸ ਤੋਂ ਬਾਅਦ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਉਹਨਾਂ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਈ। ਕਰਿੰਦੇ ਨੂੰ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ PGI ਚੰਡੀਗੜ੍ਹ ਲਈ ਰੈਫਰ ਕਰ ਦਿੱਤਾ, ਜਿੱਥੇ ਕਿ ਉਸਦੀ ਮੌਤ ਹੋ ਗਈ। ਫਿਲਹਾਲ ਭਵਾਨੀਗੜ੍ਹ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੂਰੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ਘਟਨਾ ਜੀ 9:30 ਦਾ ਟਾਈਮ ਹੈ ਅਤੇ ਬੰਦੇ ਆਏ, ਮੈਂ ਉਹ ਪਰਾਂ ਪੈ ਪਈ ਹੱਥੇ 'ਚ ਆ ਕੇ ਮੇਰੇ ਦੋ ਵਾਲੇ ਮਾਰ ਕੇ ਕਹਿੰਦੇ ਬੋਤਲ ਦਵਾ। ਮਹਾਂ ਵੀ ਤੁਸੀਂ ਠੇਕਿਆਂ ਤੋਂ ਲੈ ਲਓ। ਠੇਕੇ ਵਾਲੇ ਨੇ ਬਾਰ ਨਾ ਖੋਲ੍ਹਿਆ, ਚੱਲ ਮੈਂ ਆ ਕੇ ਖਿਲਾਤਾ। ਬਸ ਉਦੋਂ ਬਾਅਦ ਮਾਰ ਕੇ ਪੱਥਰ ਤਾਕੀ ਦੇ ਅੰਦਰ, ਉਹ ਕਹਿੰਦੇ 500 ਰੁਪਏ ਦੇ 5 ਬੋਤਲਾਂ ਦੇ, ਉਹ ਕਹਿੰਦਾ 500 ਦੀ ਇੱਕ ਇਹ ਅੰਗਰੇਜ਼ੀ। ਉਦੋਂ ਬਾਅਦ ਉਹਨੂੰ ਅੰਦਰ ਖਤਮ ਕਰਤਾ। ਲੜਾਈ ਝਗੜਾ ਹੋਇਆ? ਹਾਂ, ਅੰਦਰ ਹੋਇਆ। ਉਹਨਾਂ ਰਾਤ 'ਤੇ 10 ਵਜੇ ਦੋ ਲੜਕੇ ਆਏ ਨੇ ਸਕੂਟਰੀ 'ਤੇ, ਉਹਨਾਂ ਨੇ ਸੇਲਮੈਨ ਤੋਂ 500 ਰੁਪਇਆ ਦੇ ਕੇ 5 ਬੋਤਲਾਂ ਮੰਗੀਆਂ। ਹੁਣ 5 ਦੇ ਨਹੀਂ ਸਕਦਾ ਸੀ, 250 ਰੁਪਏ। ਬੋਤਲ ਕਿੰਨੇ ਦੀ ਪੈਂਦੀ ਜੀ? 240 ਰੁਪਏ ਦੀ ਇੱਕ ਹੈ ਬੋਤਲ। ਉਹਨੇ ਬਾਕੀ ਪੈਸੇ ਮੋੜ ਤੇ ਅਤੇ ਇੱਕ ਬੋਤਲ ਦੇ ਤੀ, ਉਹ ਕਹਿੰਦੇ 500 ਦੀਆਂ 5 ਦੇ। ਅੱਛਾ। ਇਸ ਨੂੰ ਲੈ ਕੇ ਉਹਨਾਂ ਨੇ ਤਕਰਾਰਬਾਜ਼ੀ ਹੋਈ, ਉਹਨਾਂ ਨੇ ਖਿੜਕੀ ਤੋੜ ਕੇ ਇੱਕ ਬੰਦਾ ਅੰਦਰ ਵੜ ਗਿਆ, ਉਹਨੇ ਸੇਲਮੈਨ ਦੇ ਸਿਰ 'ਚ ਸੱਟਾਂ ਸੁੱਟਾਂ ਮਾਰੀਆਂ, ਕਾਫੀ ਸੱਟ ਮਾਰੀਆਂ। ਰਾਊਂਡ ਰੂਟ ਮਾਰੇ? ਪਤਾ ਨਹੀਂ ਕੀ ਮਾਰਿਆ, ਕਿਹਨੇ ਗਰਚ ਮਾਰੀ ਆ, ਕੀ ਮਾਰਿਆ, ਉਹਦੇ ਕੋਲ ਕੀ ਸੀ ਕੀ ਨਹੀਂ, ਕਿਹੜਾ ਦੇਖਿਆ ਕਿਸੇ ਨੇ? ਮੌਕੇ ਦੀ ਡੈਥ ਹੋਈ ਨਾ, ਉਹ PGI ਜਾ ਕੇ ਡੈਥ ਹੋਈ ਉਹਦੀ ਰਾਤ ਚੰਡੀਗੜ੍ਹ। ਹਾਂ ਜੀ, ਉਹਦੀ ਗੱਲ ਹੈ ਜੀ, ਕੋਈ ਕਰੀਬ 10 ਵਜੇ ਪਤਾ ਲੱਗਿਆ ਸਾਨੂੰ ਸਵੇਰੇ, ਇਹਨਾਂ ਨੇ ਦੱਸਿਆ ਕਿ ਵੀ ਇਹਨਾਂ ਦਾ ਠੇਕਾ ਇੱਥੇ ਸ਼ਰਾਬ ਦਾ, ਉੱਥੇ ਆਏ ਸੀ ਕੋਈ ਰਾਤ ਮੁੰਡੇ ਦੋ, ਉਹਨਾਂ ਨੇ ਸ਼ਰਾਬ ਮੰਗੀ ਹੈਗੀ। ਹਾਂਜੀ। ਇਹਨਾਂ ਦੀ ਸ਼ਰਾਬ ਲੈਣ ਤੋਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ। ਉਹ ਬਾਰੀ ਦੇ ਵਿੱਚ ਦੀ ਲੰਘ ਕੇ ਅੰਦਰ ਚਲ ਗਿਆ ਜੀ, ਉਹਦੇ ਸਿਰ 'ਚ ਕੋਈ ਚੀਜ਼ ਮਾਰੀ ਹੈਗੀ। ਕਹਿੰਦੇ 5 ਬੋਤਲਾਂ ਨੂੰ ਲੈ ਕੇ ਬਹਿਸ ਹੋਈ ਹੈ? ਉਹ 500 ਰੁਪਇਆ ਦੇ ਕੇ ਕਹਿੰਦੀ 5 ਬੋਤਲਾਂ ਦੇ, ਇਹ ਕਹਿੰਦਾ ਸੀ 1 ਬੋਤਲ ਦੇਣੀ ਹੈ, ਇੱਦਾਂ ਦੀ ਇਹਨਾਂ ਦੀ ਕੰਟਰੋਵਰਸੀ ਹੋਈ ਹੈ। ਅੱਛਾ ਜੀ। ਉਹਦੇ ਸੰਬੰਧੀ ਸਾਡੇ ਅਫਸਰ ਆ ਗਏ ਨੇ, ਇੱਥੇ SPD ਸਾਹਿਬ ਆ ਗਏ ਨੇ, DSP ਹੈੱਡਕੁਆਰਟਰ ਸਾਹਿਬ ਆ ਗਏ ਨੇ, ਇੰਚਾਰਜ CAA ਸਾਡੀ ਸਾਰੀ ਫੋਰਸ ਆ ਗਈ, ਅਸੀਂ ਜਾਂਚ ਕਰ ਰਹੇ ਹਾਂ ਜੀ, ਪਰਚਾ ਦਰਜ ਕਰਕੇ ਲੋੜੀਂਦੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਹੋਈ ਹੈ।